ਸਭ ਤੋਂ ਪਹਿਲਾਂ ਤਾਂ ਮੇਨ ਕੰਮ ਸਾਡੇ ਤੇ ਪੈ ਗਿਆ ਬਹੁਤ ਤਕੜਾ ਪਰਚਾ ਕਚਹਿਰੀ ਆਪਾਂ ਆ ਗਏ ਆ। ਨਾ ਨਾ ਇਦਾਂ ਨਾ ਕਰੋ, ਸਾਡੇ ਬਾਰੇ ਫੈਸਲਾ ਆਉਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਅਵਰ ਯੂਟਿਊਬ ਚੈਨਲ ਜੀ ਦਾ ਨਾਮ ਹੈ ਅਮਨ ਜਸ ਲਾ। ਸੋ ਅਸੀਂ ਆ ਗਏ ਨਵੇਂ ਵਲੌਗ ਦੇ ਨਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ। ਤੇ ਅੱਜ ਮੈਂ ਬਿਲਕੁਲ ਠੀਕ ਆ, ਤੁਸੀਂ ਮੇਰਾ ਜੋ ਸੁਣ ਹੀ ਸਕਦੇ ਹੋ ਹਨਾ ਜੀ। ਹਾਂਜੀ, ਪੂਰਾ ਪੂਰੀ ਗੜਕ ਹੈ, ਪੂਰੀ ਗੜਕ ਹੈ ਬਾਅਦ ਚ। ਤੇ ਥੈਂਕ ਯੂ ਪਹਿਲਾਂ ਤਾਂ ਸਾਰਿਆਂ ਨੇ ਜਿਨ੍ਹਾਂ ਨੇ ਮੈਨੂੰ ਇਲਾਜ ਦੱਸੇ ਕਿ ਜਸ ਬਾਈ ਜੀ ਐਂ ਕਰ ਲਓ, ਜਸ ਵੀਰੇ ਐਂ ਕਰ ਲਓ, ਇੱਦਾਂ ਦੀ ਠੀਕ ਹੋ ਜਾਓਗੇ, ਅਜਵੈਣ ਦਾ ਪਾਣੀ ਪੀ ਲਓ, ਹੌਟ ਵਾਟਰ ਬੋਟਲ ਰੱਖ ਲਓ ਆਪਣੇ ਪੇਟ ਤੇ, ਬਹੁਤ ਕੁਝ ਦੱਸਿਆ ਸਾਰਿਆਂ ਦਾ ਦਿਲੋਂ ਧੰਨਵਾਦ। ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੋ ਤੁਸੀਂ ਦੱਸਦੇ ਹੋ ਇੱਦਾਂ, ਤੇ ਬਹੁਤ ਸਾਰਾ ਲਵ ਯੂ ਸਾਰਿਆਂ ਨੂੰ। ਇੰਨੀ ਕੇਅਰ ਕਰਦੇ ਹੋ ਨਾ, ਇੱਦਾਂ ਲੱਗਦਾ ਵੀ ਪੂਰੀ ਫੈਮਿਲੀ ਐਡੀ ਵੱਡੀ ਹੈ ਨਾ, ਸਾਡੀ ਵੀ ਕੋਈ ਰਹਿ ਰੱਬ ਦਾ ਨਾਮ। ਹਾਂ, ਤੇ ਅੱਜ ਆਪਾਂ ਸਾਰੇ ਕੰਮ ਨੂੰ ਨਿਬੇੜ ਦੇਣੇ, ਜਿੱਦਾਂ ਅਡੈਪਟਰ ਲੈਣਾ, ਚੱਪਲ ਲੈਣੀ ਹੈ, ਆਪਣਾ ਸ਼ੂਜ਼ ਲੈਣੇ ਆ, ਇਹਨਾਂ ਰਿਸੈਪਸ਼ਨ ਡਰੈਸ ਲੈਣੀ ਹੈ। ਸਭ ਤੋਂ ਪਹਿਲਾਂ ਤਾਂ ਮੇਨ ਕੰਮ ਸਾਡੇ ਤੇ ਪੈ ਗਿਆ ਬਹੁਤ ਤਕੜਾ ਪਰਚਾ, ਤੇ ਆਪਾਂ ਚੱਲੇ ਆ ਕਚਹਿਰੀ। ਪਰਚਾ ਬਾਲੇ ਤਕੜਾ ਹੈ। ਹਾਂ, ਕਚਹਿਰੀ ਚੱਲੇ ਆ, ਤੇ ਪਹਿਲਾਂ ਕਚਹਿਰੀ ਦਾ ਕੰਮ ਨਿਬੇੜ ਲਈਏ ਨਾ, ਤਰੀਕ ਹੈ ਅੱਜ, ਤੇ ਕਚਹਿਰੀ ਦਾ ਕੰਮ ਕਰਕੇ ਫਿਰ ਆਪਾਂ ਜਾਵਾਂਗੇ ਸ਼ਾਪਿੰਗ ਵਗੈਰਾ ਕਰਾਂਗੇ, ਠੀਕ ਹੈ ਜੀ। ਹਾਂਜੀ ਹਾਂਜੀ, ਵੈਸੇ ਮੇਰੀ ਗੱਲ ਸੁਣੋ, ਚੱਪਲ ਕਿੱਥੋਂ ਆ ਗਈ ਵਿੱਚ? ਚੱਪਲ ਤੁਹਾਡੀ ਚੱਪਲ ਲੈ ਕੇ ਲੈਣੀ ਮੈਂ। ਹੈ, ਲੈ ਕੇ ਦੇਣੀ? ਹਾਂ, ਸੱਚੀ ਗੱਲ ਹੈ? ਹੋਰ ਮੈਨੂੰ ਤਾਂ ਦੱਸਿਆ ਨਹੀਂ, ਬਾਅਦ ਦੱਸਿਆ ਨਹੀਂ ਹੁੰਦਾ। ਚਲੋ ਦੇਖਦੇ ਆ, ਤੇ ਹਾਂਜੀ ਚਲੋ ਆਪਾਂ ਚੱਲਦੇ ਆ, ਤੇ ਬਾਕੀ ਅੱਧੇ ਵਲੌਗ ਲਾਈਕ ਸ਼ੇਅਰ ਕਮੈਂਟ ਜੂ ਕਰਿਓ, ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ, ਤੇ ਅੱਧੇ ਵਲੌਗ ਬੋਰ ਨਹੀਂ ਕਰਾਂਗੇ ਤੁਹਾਨੂੰ, ਅੱਧੇ ਵਲੌਗ 'ਚ ਅੱਜ ਤੁਹਾਨੂੰ ਪੂਰਾ ਸਾਵਾਂਗੇ ਤੇ ਐਂਟਰਟੇਨਮੈਂਟ ਕਰਾਵਾਂਗੇ ਨਾ। ਸੋ ਹਮ ਚਲਤੇ ਆ ਅੱਜ ਬਾਹਰ ਘੁੰਮਣੇ। ਹਾਂਜੀ ਹਾਂਜੀ ਚਲੋ ਚਲੀਏ, ਵੈਸੇ ਟਾਈਮ ਬਹੁਤ ਜ਼ਿਆਦਾ ਆ ਗਿਆ। ਚਲੋ ਚਲੋ ਚਲੀਏ। ਹੋ ਗਿਆ, ਚਲੋ ਚਲੋ। ਕਚਹਿਰੀ ਆਪਾਂ ਆ ਗਏ ਆ, ਤੇ ਤਰੀਕ ਦਾ ਟਾਈਮ ਵੀ ਹੋ ਗਿਆ, ਤਾਂ ਪਹਿਲਾਂ ਅੱਗੇ ਜਾ ਕੇ ਖੜ ਗਏ ਆ। ਮੈਂ ਕਿਹਾ ਟਾਈਮ ਬਹੁਤ ਜ਼ਿਆਦਾ ਹੋ ਗਿਆ, ਜਲਦੀ ਚਲੋ। ਟਾਈਮ ਬਹੁਤ ਜ਼ਿਆਦਾ ਹੋ ਗਿਆ ਅੱਗੇ, ਹੈ ਨਾ? ਹੋਰ ਕੀ, ਤੇ ਤਰੀਕ ਭੁਗਤੀ ਹੈ ਯਾਰ, ਜਾ ਕੇ ਬਸ ਸਾਡੇ ਵੱਲ ਹੀ ਹੋਵੇ ਜੋ ਵੀ ਹੈ ਫੈਸਲਾ। ਆਹੋ, ਹੈ ਇਹ ਤਾਂ ਟਾਈਮ ਹੀ ਦੱਸੂਗਾ ਹੁਣ। ਨਾ ਨਾ ਇਦਾਂ ਨਾ ਕਰੋ, ਸਾਡੇ ਵੱਲ ਫੈਸਲਾ ਆਉਣਾ ਚਾਹੀਦਾ। ਪਤਾ ਨਹੀਂ, ਰੱਬ ਰੱਖ ਮਿੱਤਰਾਂ ਦਾ। ਚਲੋ ਅੰਦਰ ਜਾ ਕੇ ਦੇਖਦੇ ਹਾਂ, ਟਾਈਮ ਲੱਗ ਜਾਣਾ ਬਸ ਹੁਣ ਇੱਥੇ। ਹੋਰ ਕੀ, ਜੇ ਵਧੀਆ ਸਾਡੇ ਵੱਲ ਹੋ ਗਿਆ ਕੰਮ, ਫਿਰ ਵਧਾਈ ਦੇ ਦਾਂਗੇ, ਫਿਰ ਆਪਾਂ ਕੁਝ ਖਾਵਾਂਗੇ। ਵਧਾਈ ਨਹੀਂ ਦੇਣੀ? ਵਧਾਈ ਦੇਵਾਂਗੇ ਫਿਰ। ਆਹੋ, ਮਿੱਠਾ ਖਾਵਾਂਗੇ। ਹਾਂ, ਮਿੱਠਾ ਖਾਵਾਂਗੇ। ਫਸਟ ਟਾਈਮ ਚੱਕਰ ਲੱਗਾ ਇੱਥੇ, ਪਹਿਲੀ ਵਾਰੀ ਜੀ ਇੱਥੇ ਮੋਹਾਲੀ ਵਾਰੀ ਆਏ ਹੋ, ਹੈ ਨਾ? ਮੋਹਾਲੀ ਮੈਂ ਪਹਿਲੀ ਵਾਰੀ ਆਇਆ। ਹਾਂ, ਉੱਥੇ ਤਾਂ ਆਪਾਂ ਗਏ ਆ। ਮੇਰਾ ਤਾਂ ਪਹਿਲਾਂ ਵੀ ਚੱਕਰ ਲੱਗਿਆ ਇੱਕ ਦੋ ਵਾਰੀ, ਛੋਟੇ ਛੋਟੇ ਕੰਮ ਬਾਤ ਹੁੰਦੇ ਆ, ਪਰ ਤੁਹਾਡਾ ਪਹਿਲੀ ਵਾਰ ਆਇਆ ਨਾ? ਮੈਂ ਪਹਿਲੀ ਵਾਰੀ, ਮੈਂ ਉੱਥੇ ਖਰੜ ਗਿਆ ਸੀਗਾ ਮੈਂ। ਖਰੜ ਤਾਂ ਗਏ ਹੋਏ ਆ। ਤੇ ਚਲੋ ਇੱਥੇ ਦੇਖਦੇ ਆ। ਚਲੋ, ਤੁਹਾਨੂੰ ਮੋਹਾਲੀ ਦੀ ਕੋਟ ਵੀ ਦਿਖਾਈ ਆ। ਪੰਗ ਭੋਜ ਦੀ ਵੇਖਦੇ ਇੱਥੇ ਆ ਕੇ। A few moments later. ਹਾਂਜੀ ਜੀ, ਕੰਮ ਜੀ ਕਰਵਾ ਰਹੇ ਆ, ਅਜੇ ਕਰਵਾ ਰਹੇ ਆ ਕੰਮ। ਪੈਂਡਿੰਗ ਹੈ। ਪੈਂਡਿੰਗ ਅਜੇ, ਟਾਈਮ ਲੱਗਣਾ ਜੀ, ਚੌਥੇ ਬਲੌਕ ਤੇ ਜਾ ਰਹੇ ਆ। ਡੇਟ ਮਿਲ ਗਈ, ਅੱਗੇ ਤਰੀਕ ਮਿਲ ਗਈ ਅੱਗੇ ਦੀ, ਤੇ ਅਗਲੇ ਹਫ਼ਤੇ ਵੀ ਕੰਮ ਹੈਗਾ, ਉਹ ਸਾਨੂੰ ਸਪੈਸ਼ਲ ਇੱਕ ਜਗ੍ਹਾ ਤੇ ਪੁੱਜਣਾ ਪੈਣਾ, ਮੈਂ ਤੁਹਾਨੂੰ ਦੱਸਾਂਗੇ। ਬਸ ਇੱਦਾਂ ਹੀ ਹੈ, ਇਹ ਤੁਹਾਨੂੰ ਪਤਾ ਕੋਰਟ ਕਚਹਿਰੀ ਦੇ ਕੰਮ ਸੌਖੇ ਨਹੀਂ ਹੁੰਦੇ। ਛੋਟਾ ਜਿਹਾ ਕੰਮ ਹੋਵੇ ਉਹ ਤਾਂ ਕਿੱਡਾ ਲੰਬਾ ਚਲੇ ਜਾਂਦਾ ਨਾ, ਬਹੁਤ। ਅਸੀਂ ਸੋਚ ਕੇ ਆਏ ਸੀਗੇ 15-20 ਮਿੰਟ ਚ ਵਿਹਲੇ ਹੋ ਜਾਣਾ ਸਾਨੂੰ। ਤੁਸੀਂ ਸੋਚਿਆ ਸੀਗਾ? ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਟਾਈਮ ਲੱਗਣਾ ਹੈ। ਕਹਿੰਦੇ ਰਹਿੰਦੇ ਤਾਂ ਮੈਨੂੰ ਸੀਗਾ, ਮੈਂ ਕਿਹਾ ਫੇਰ ਵੀ ਮੇਰੀ ਗੱਲ ਸੁਣੋ, ਉਹ ਦੀਦੀ ਕਰਕੇ ਜਲਦੀ ਹੋ ਗਿਆ ਨਾ, ਆਪਣੇ ਨੋਨ ਦੀਦੀ ਆ ਇੱਥੇ ਇੱਕ, ਹੈ ਨਾ? ਤੇ ਉਹਨਾਂ ਨੇ ਸਾਰਾ ਕੁਝ ਫਟਾਫਟ ਕਰਵਾ ਦਿੱਤਾ ਔਰ ਵਿਚਾਰੇ ਨੇ ਪੈਸੇ ਵੀ ਘੱਟ ਲਵਾਏ, ਹੈ ਨਾ? ਤੇ ਹੁਣ ਉਹਨਾਂ ਦੇ ਕਰਕੇ ਜਲਦੀ ਜਲਦੀ ਹੋ ਗਿਆ। ਹਾਂ, ਤੇ ਹੁਣ ਆਪਾਂ ਚੱਲਦੇ ਆ। ਹਾਂਜੀ, ਹੈ ਨਾ? ਐਡਰੈਸ ਦੇਖ ਆਈਏ ਪਹਿਲਾਂ। ਚਲੋ ਚਲੋ, ਆਪਾਂ ਹੁਣ ਆ ਗਏ ਆ ਪਾਲਿਕਾ ਬਾਜ਼ਾਰ ਸੈਕਟਰ 19 ਦੇ ਵਿੱਚ। ਹਾਂਜੀ, ਇੱਥੋਂ ਆਪਾਂ ਦੇਖਾਂਗੇ ਹੁਣ ਡਰੈਸ ਜਿਹੜੀ ਮੈਂ ਲੈਣੀ ਆ ਰਿਸੈਪਸ਼ਨ ਵਾਸਤੇ, ਤੇ ਨਾਲ ਦੀ ਨਾਲ ਹੀ ਜੇ ਵਧੀਆ ਸ਼ਾਪਸ ਮਿਲ ਗਈਆਂ ਫਿਰ ਆਪਾਂ ਸ਼ੂਜ਼ ਵੀ ਦੇਖ ਲਾਂਗੇ। ਠੀਕ ਹੈ ਜੀ, ਨਾਲ ਹੈਗੇ ਸ਼ਾਪਸ ਦੂਜੀ ਮਾਰਕੀਟ ਤੇ ਗਿਆ, ਲਓ ਵੇਖੋ ਪਾਲਿਕਾ ਬਾਜ਼ਾਰ। ਹਾਂਜੀ,
ਵੀ ਆਲਸੋ ਲਵ ਫਲ ਦਾ ਤੇ ਜੇ ਕੁਛ ਮਿਲ ਗਿਆ ਤਾਂ ਲਵ ਹੀ ਲਵ ਜੇ ਨਹੀਂ ਤਾਂ ਵੀ ਹੇਟ ਨਹੀਂ ਨਹੀਂ ਤਾਂ ਕਰਨੀ ਹੈ ਜੇ ਚੀਜ਼ ਨਾ ਵੀ ਮਿਲੀ ਤਾਂ ਵੀ ਕੋਈ ਚੱਕਰ ਨਹੀਂ ਬਸ ਪਾਰਕਿੰਗ ਮਿਲ ਜੇ ਚੀਜ਼ ਦਾ ਪਤਾ ਨਹੀਂ ਹਾਂਜੀ ਹਾਂਜੀ ਹੁਣ ਆਪਾਂ ਇੱਥੇ ਪਾਰਕਿੰਗ ਔਖੀ ਮਿਲਦੀ ਹੈ ਤੇ ਅੰਦਰ ਥੋੜਾ ਜਿਹਾ ਲੱਭਦੇ ਆ ਮਿਲ ਹੀ ਜਾਊਗੀ ਮੈਂ ਵੀ ਗੱਡੀ ਲਾ ਕੇ ਫਿਰ ਮਿਲਦਾ ਪਾਰਕਿੰਗ ਬਹੁਤ ਹੀ ਸਹੀ ਜਗ੍ਹਾ ਤੇ ਮਿਲ ਗਈ ਆਪਾਂ ਨੂੰ ਆਪਾਂ ਅੰਦਰ ਹੀ ਇੱਥੋਂ ਐਂਟਰ ਕੀਤੇ ਤੇ ਨਾਲ ਦੀ ਨਾਲ ਹੀ ਆਪਾਂ ਨੂੰ ਪਾਰਕਿੰਗ ਮਿਲ ਗਈ ਆ ਇੱਥੇ ਪਾਰਕਿੰਗ ਮਿਲਣੀ ਸਭ ਤੋਂ ਜ਼ਿਆਦਾ ਔਖਾ ਕੰਮ ਆ ਪਰ ਸਾਨੂੰ ਈਜ਼ੀਲੀ ਮਿਲ ਗਈ ਹੈ ਨਾ ਜੀ ਬਹੁਤ ਈਜ਼ੀਲੀ ਮਿਲ ਗਈ ਉਹ ਹੁਣੇ ਨਾ ਗੱਡੀ ਨਿਕਲੀ ਸੀ ਇੱਥੋਂ ਹਾਂਜੀ ਤੇ ਦੂਜਾ ਬੰਦਾ ਵੀ ਇੱਧਰ ਆ ਗਿਆ ਸੀ ਮੈਂ ਪਹਿਲੇ ਅੰਦਰ ਵਾੜ ਲਈ ਮੈਂ ਕਿਹਾ ਨਾ ਜੀ ਅਸੀਂ ਪਾਰਕਿੰਗ ਬੁੱਕ ਕਰਨੀ ਆ ਆਪਣੀ ਆ ਵੇਖੋ ਨਾ ਇੱਦਾਂ ਫਿਰ ਰੋਡ ਤੇ ਲੱਗਣੀ ਹਾਂ ਇੱਦਾਂ ਫਿਰ ਔਖਾ ਹੋ ਜਾਂਦਾ ਹੈ ਨਿਊਟਰਲ ਕਰਕੇ ਰੱਖਣੀ ਹੁੰਦੀ ਹੈ ਪਰ ਇੱਥੇ ਇਹ ਕਿ ਸੌਖੀ ਲੱਗੀ ਰਹੂਗੀ ਹੁਣ ਤੀ ਭਾਵੇਂ 2 ਘੰਟੇ ਲਾਓ ਭਾਵੇਂ 4 ਘੰਟੇ ਲਾਓ ਭਾਵੇਂ 5 ਘੰਟੇ ਲਾਓ ਇੱਦਾਂ ਮੈਨੂੰ ਲੱਗਦਾ ਛੇਤੀ ਵਿਹਲੇ ਹੋ ਜਾਗੇ ਬਸ ਮਿਲ ਜਾਵੇ ਮੈਂ ਇਹ ਕਹਿੰਦੀ ਹਾਂ ਕਿਉਂਕਿ ਆਪਾਂ ਬੜੀ ਜਗ੍ਹਾ ਦੇਖ ਲਈ ਪਟਿਆਲਾ ਵੀ ਸਾਰਾ ਗਾ ਕੇ ਦੇਖ ਲਿਆ ਕਿਤੇ ਨਹੀਂ ਮਿਲਿਆ ਚਲੋ ਦੇਖਦੇ ਹਾਂ ਹਾਂਜੀ ਹਾਂਜੀ ਤੇ ਹੋਪਸੋ ਮਿਲ ਹੀ ਜਾਵੇ ਹਾਂਜੀ ਚਲੀਏ ਹਾਂਜੀ ਚਲੋ ਦੇਖੋ ਵੇਖੋ ਕਿੱਡੀ ਕਾਲੀ ਹੈ ਮੈਂ ਸੋਚੀ ਨਹੀਂ ਪਿੱਛੇ ਆ ਰਹੇ ਆ ਉੱਥੇ ਖੜੇ ਆ ਮੈਂ ਸੋਚੀ ਨਹੀਂ ਪਿੱਛੇ ਆਉਂਦੇ ਪਏ ਆ ਨਹੀਂ ਨਹੀਂ ਮੈਂ ਵੇਖਾਂ ਕਿੰਨੀ ਕੁ ਕਾਲੀ ਹੈ ਬੜੀ ਤੇਜ਼ ਹੈ ਤੁਸੀਂ ਹੋਰ ਕੀ ਬਹੁਤ ਤੇਜ਼ ਆ ਤੇਰਾ ਹਸਬੰਡ ਨਾ ਤਾਂ ਕਰਕੇ ਅੱਛਾ ਕਹਿੰਦੇ ਕਿ ਮੇਰੀ ਗੱਲ ਸੁਣੋ ਕੁੜੀਆਂ ਨੂੰ ਸ਼ਾਪਿੰਗ ਦੀ ਕਾਲੀ ਨਹੀਂ ਹੋਗੀ ਤਾਂ ਹੋਰ ਕਾਦੀ ਕਾਲੀ ਹੋਊਗੀ ਚਲੇ ਇਧਰ ਨਾ ਆਓ ਇਧਰ ਨਹੀਂ ਚਲੋ ਦੇਖ ਕਿਤੇ ਭੱਜੀ ਜਾਂਦੇ ਹਾਂਜੀ 19ਵੇਂ ਠੀਕ ਹੈ ਜੀ ਤੇ ਚਲੋ Many minutes later. ਹਾਂਜੀ ਸਾਨੂੰ ਇੱਥੇ ਤਾਂ ਕੁਛ ਵੀ ਪਸੰਦ ਨਹੀਂ ਆਇਆ ਤੇ ਹੁਣ ਅੱਗੇ ਜਾ ਕੇ ਦੇਖਦੇ ਹਾਂ ਪਸੰਦ ਆਉਂਦਾ ਕਿ ਨਹੀਂ ਆਉਂਦਾ ਹੈ ਇਹਨਾਂ ਦਾ ਮੈਨੂੰ ਲੱਗਦਾ ਮੂਡ ਆਫ ਹੋ ਗਿਆ ਮੂਡ ਤਾਂ ਦੇਖੋ ਆਫ ਹੋਊਗਾ ਹੀ ਇੰਨੇ ਦਿਨਾਂ ਤੋਂ ਲੱਭੀ ਜਾਂਦੇ ਆ ਤਾਂ ਲੱਭਦੀ ਨਹੀਂ ਪਈ ਉਹ ਚੀਜ਼ ਜੋ ਚਾਹੀਦੀ ਆ ਸਹੀ ਗੱਲ ਸਹੀ ਗੱਲ ਚਲੋ ਕੋਈ ਨਾ ਟੈਨਸ਼ਨ ਕਿਉਂ ਲੈਂਦੇ ਹੋ ਲੈ ਕੇ ਦੇਣੇ ਘੈਣ ਜੀ ਇਦਾਂ ਕਹਿੰਦਾ ਮੂਡ ਆਫ ਕਰਨਾ ਮੇਰੀ ਗੱਲ ਸੁਣੋ ਲਾਸਟ ਆਪਸ਼ਨ ਇੱਕ ਹੀ ਸ਼ਾਪ ਬਚ ਗਈ ਆ ਜੇ ਉੱਥੇ ਕੀ ਆ ਜੇ ਉੱਥੇ ਨਾ ਮਿਲੀ ਮੈਂ ਸੱਚੀ ਨਹੀਂ ਲੈਣੀ ਹੁਣ ਮੈਂ ਕੈਂਸਲ ਹੀ ਕਰ ਦੇਣਾ ਉਹ ਪਾਣਾ ਰਿਸੈਪਸ਼ਨ ਨਹੀਂ ਜਾਣਾ ਫਿਰ ਐਵੇਂ ਨਹੀਂ ਜਾਣਾ ਮਤਲਬ ਕਿ ਉਹ ਵਾਲੀ ਡਰੈਸ ਨਹੀਂ ਪਾਣੀ ਜਿਹੜੀ ਮੈਂ ਲੱਭ ਰਹੀ ਆ ਚੱਲ ਤੂੰ ਜਾਂ ਦੇਖਦੇ ਆ ਹੌਸਲਾ ਨਹੀਂ ਹਾਰਨਾ ਆਪਾਂ ਠੀਕ ਹੈ ਹੌਸਲਾ ਹਾਰਨ ਵਾਲੀ ਗੱਲ ਹੋ ਗਈ ਪਟਿਆਲੇ ਨਹੀਂ ਮਿਲੀ ਇੱਥੇ ਵੀ ਨਹੀਂ ਮਿਲਦੀ ਵੀ ਨਹੀਂ ਹੁਣ ਆਪਾਂ ਲੈਣੀ ਜੋ ਮਰਜ਼ੀ ਹੋ ਜਾਏ ਦੇਖਦੇ ਆ ਚਲੋ ਚਲੋ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਜਿੱਲੋ ਆ ਕੇ ਛੱਡੋ ਚੱਲ ਠੀਕ ਹੈ ਹੁਣ ਤੁਹਾਡੇ ਤੇ ਗੱਲ ਆ ਗਈ ਠੀਕ ਹੈ ਚਲੋ ਠੀਕ ਆ ਫਿਰ ਹਾਂਜੀ ਜੀ ਆਪਾਂ ਆ ਗਏ ਆ ਬਾਈ ਦੀ ਮਾਰਕੀਟ ਤੇ ਹੁਣ ਇੱਥੋਂ ਪੱਕਾ ਲੈ ਕੇ ਦੇਣੀ ਕਿਉਂਕਿ ਇਹਨਾਂ ਨੇ ਮੈਨੂੰ ਕਿਹਾ ਸੀ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਲੈ ਕੇ ਦੋ ਹੁਣ ਜਿੱਥੋਂ ਮਰਜ਼ੀ ਜੇ ਨਾ ਮਿਲੀ ਫਿਰ ਨਹੀਂ ਹੁਣ ਮੈਂ ਲੈ ਕੇ ਦੇਣੀ ਜੋ ਮਰਜ਼ੀ ਹੋ ਜਾਏ ਮਤਲਬ ਇਹਦਾ ਮਤਲਬ ਇਹ ਥੋੜੀ ਜਿਹੜੀ ਮਰਜ਼ੀ ਲੈ ਲੈਣੀ ਆਪਾਂ ਮੈਂ ਕਹਿੰਦਾ ਘੈਂਟ ਤੋਂ ਘੈਂਟ ਲੈ ਕੇ ਦੂੰਗਾ ਪੱਕਾ ਐਂਡ 101% 110% ਕੋ ਆ ਦੇਖਣ ਮੈਨੂੰ ਸੋਹਣੀ ਲੱਗਦੀ ਮੇਰੇ 200% ਹੀ ਲਾ ਲਾ ਤੂੰ 10 ਦੀ ਛੱਡ 200 ਹੀ ਲਾ ਲਓ ਆ ਸੋਹਣੀ ਲੱਗਦੀ ਵੀ ਹਾਏ ਹਾਏ ਆਇਆ ਕੁਛ ਚਲੋ ਸੋਹਣੀ ਲੱਗਦੀ ਵੀ ਦੁਕਾਨ ਚਲੋ ਚਲੋ ਇੱਥੇ ਚੱਲਦੇ ਡਰੈਸ ਮੇਰੀ ਸਿਲੈਕਟ ਹੋ ਗਈ ਹੈ ਤੇ ਸ਼ੁਕਰ ਹੈ ਹੋ ਗਈ ਸਿਲੈਕਟ ਹੋ ਗਈ ਸਿਲੈਕਟ ਉਹ ਵੀ ਦੱਸਾਂਗੇ ਕਹਾਣੀ ਸਾਰੀ ਕਹਾਣੀ ਦੱਸਾਂਗੇ ਉਹ ਵੀ ਹਾਂ ਦੱਸਾਂਗੇ ਉਹ ਵੀ ਤੇ ਹੁਣ ਆ ਗਏ ਆਪਾਂ ਸ਼ੂਜ਼ ਲੈਣ ਤੇ ਇਸ ਵਾਰੀ ਮੈਂ ਕਿਹਾ ਮੁੰਡਾ ਚੈਲਸੀਆ ਲੈ ਰਿਹਾ ਆ ਟੌਰ ਕੱਢਣੀ ਫਿਰ ਵਿਆਹ ਖਾਸਮ ਖਾਸ ਹੈ ਸਹੀ ਗੱਲ ਹੈ ਖਾਸਮ ਕਿਹਦੇ ਕੈਸਾ ਹੋ ਗਿਆ ਚੈਲਸੀਆ ਦੇਖਦੇ ਪਏ ਆ ਦੇਖਦੇ ਆ ਹੁਣ ਪਸੰਦ ਆਉਂਦਾ ਕਿ ਨਹੀਂ ਆਉਂਦਾ ਮਤਲਬ ਵੈਸੇ ਤਾਂ ਵਧੀਆ ਲੱਗਿਆ ਆ ਬਾਕੀ ਪਤਾ ਨਹੀਂ ਹੁਣ ਪੈਰ 'ਚ ਕੰਫਰਟੇਬਲ ਲੱਗਦਾ ਕਿ ਨਹੀਂ ਹੁੰਦਾ ਹੈ ਨਾ ਕਿੰਨੇ ਸ਼ੂਜ਼ ਲੈਣੇ ਆ ਦੋ ਦੇਖ ਲਓ ਦੋ ਸ਼ੂਜ਼ ਲੈਣੇ ਇਹਨਾਂ ਨੇ ਇਕੱਲਾ ਮੈਂ ਨਹੀਂ ਖਰਚਾ ਕਰਦੀ ਇਹ ਵੀ ਕਰਦੇ ਆ ਬਾਕੀ ਘੈਂਟ ਰੇਂਜ ਹੈ ਨਾ ਦੇਖਦੇ ਹਾਂ ਲੈ ਜਾ ਸਿਰੇ ਵਾਪਰ ਲਈ ਜੋ ਯਾਰ ਲੂਜ਼ ਵੀ ਹੋਗਾ ਡਾਲਨੇ ਕੇ ਬਾਅਦ ਕਹਾਂ ਸੇ ਪਿੱਛੇ ਸੇ ਲੱਗ ਰਹਾ
ਆਪਾਂ ਘੁੰਮਦੇ ਪਏ ਸੀਗੇ 22 ਦੇ ਵਿੱਚ ਤੇ ਦੀ ਮਿਲ ਗਏ ਸਾਡੇ ਵਲੌਗਸ ਦੇਖਦੇ ਆ ਇਹਨਾਂ ਨੇ ਸਾਨੂੰ ਜਾਂਦੇ ਜਾਂਦੇ ਰੋਕ ਲਿਆ ਹੈ ਨਾ ਤੇ ਵਧੀਆ ਲੱਗਿਆ ਸਾਨੂੰ ਮਿਲ ਕੇ ਤੁਸੀਂ ਸਾਡੇ ਵਿਊਵਰਸ ਨੂੰ ਕੀ ਕਹਿਣਾ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇਹਨਾਂ ਦੇ ਵਲੌਗਸ ਨੂੰ ਵੇਖਿਆ ਕਰੋ ਲਾਈਕ ਕਰਿਆ ਕਰੋ ਲੇਕਿਨ ਸੜਿਆ ਨਾ ਕਰੋ ਤੇ ਸਾਡੇ ਤਾਂ ਹੁੰਦੇ ਆ ਹਾਂਜੀ ਸਾੜਦੇ ਨੇ ਜਿਹੜੇ ਉੱਥੇ ਤਾਂ ਪਤਾ ਲੱਗਦਾ ਵੀ ਹਾਂ ਕਹਿੰਦੇ ਨਹੀਂ ਗੱਲਬਾਤ ਜਿਵੇਂ ਮੂਸੇ ਵਾਲੇ ਦੀ ਚੜਾਈ ਹੋਈ ਹੈ ਔਰ ਤਾਂ ਸਾਰੇ ਮੱਚਦੇ ਸੀ ਤਾਂ ਹੀ ਤਾਂ ਉਹ ਚੜਿਆ ਸੀ ਬਿਲਕੁਲ ਜੋ ਹੀ ਰੱਬ ਜੇ ਚਾਹੁੰਦਾ ਜੇ ਸਹੀ ਬੰਦੇ ਹੋਣ ਨਾ ਉਹਨਾਂ ਦੀ ਵੀਡੀਓ ਜ਼ਰੂਰ ਹਾਈ ਲੈਵਲ ਤੱਕ ਜਾਂਦੀ ਹੈ ਤੇ ਤੁਸੀਂ ਘਬਰਾਓ ਨਾ ਤੁਸੀਂ ਇੱਦਾਂ ਹੀ ਵਲੌਗ ਬਣਾਉਂਦੇ ਰਹੋ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਦੀ ਮਿਲਿਓ ਆਇਓ ਸਾਡੇ ਪਿੰਡ ਖੁੰਨੀ ਮਾਜਰਾ 115 ਸੈਕਟਰ ਮੋਹਾਲੀ ਹਾਂਜੀ ਹਾਂਜੀ ਪੱਕਾ ਪੱਕਾ ਓਕੇ ਬਾਈ ਸ਼ਾਪਿੰਗ ਆਪਣੀ ਹੋ ਗਈ ਹੈ ਤੇ ਬਸ ਥੋੜਾ ਬਹੁਤ ਸਮਾਨ ਰਹਿ ਗਿਆ ਪਰ ਆਪਾਂ ਕਿ ਭੁੱਖ ਲੱਗੀ ਤੇ ਕੀ ਖਾਂਦੇ ਆ ਨਾ ਹਾਂਜੀ ਭੁੱਖ ਬੜੀ ਲੱਗੀ ਭੁੱਖ ਬਹੁਤ ਲੱਗੀ ਕਹਿੰਦਾ ਹਾਲਤ ਪੂਰੀ ਹੋ ਗਈ ਹਾਂ ਹਨਾ ਥੱਕ ਗਏ ਨਾ ਥੱਕ ਗਏ ਯਾਰ ਬਹੁਤ ਜ਼ਿਆਦਾ ਥੱਕ ਗਏ ਕਿਉਂਕਿ ਅੰਦਰ ਮਾਰਕੀਟ ਬਹੁਤ ਜ਼ਿਆਦਾ ਘੁੰਮਣਾ ਪੈਂਦਾ ਹਾਂਜੀ ਟਿੱਕੀ ਆਪਾਂ ਖਾ ਲਈ ਹੈ ਤੇ ਹੁਣ ਆਪਾਂ ਚੱਲੇ ਆ ਘਰੇ ਆ ਕੇ ਗੱਡੀ ਚ ਬੈਠ ਗਏ ਆਪਾਂ ਤੇ ਸ਼ੋਪਿੰਗ ਆਲਮੋਸਟ ਮੇਰੀ ਤਾਂ ਡਨ ਹੀ ਹੈ ਅਜੇ ਪਤਾ ਨੀ ਘਰੇ ਜੁੱਤੀ ਦੀ ਡਿਮਾਂਡ ਨਾ ਕਰਨਾ ਪੂਰਾ ਘਰ ਦਾ ਵਿਆਹ ਆ ਤੇ ਸਭ ਕੁਛ ਆਊਗਾ ਇੱਕ ਇੱਕ ਫੰਕਸ਼ਨ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਕੀ ਕਰਨਾ ਹੈ ਉਦੋਂ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰਨਾ ਤੇ ਕਮੈਂਟ ਵੀ ਨਾ ਕਰਿਓ ਔਰ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਆਈਕਨ ਵੀ ਟਿੰਗ ਕਰ ਦਿਓ ਹਾਂ ਹੁਣ ਆਪਾਂ ਚੱਲੀਏ ਘਰੇ ਹਾਂਜੀ ਠੰਡ ਬਹੁਤ ਹੋ ਗਈ ਫਿਰ ਠੰਡ ਬਹੁਤ ਜ਼ਿਆਦਾ ਹੋ ਗਈ ਫਿਰ ਤੋਂ ਹਾਂ ਹੁਣ ਚਲੋ ਆਪਾਂ ਘਰੇ ਚੱਲੀਏ The next day ਸਤਿ ਸ਼੍ਰੀ ਅਕਾਲ ਜੀ ਅਗਲੀ ਮਾਰਨਿੰਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਟੂ ਅਵਰ ਨੈਕਸਟ ਡੇ ਤੇ ਆਪਾਂ ਕੱਲ੍ਹ ਵਲੌਗ ਕੰਟੀਨਿਊ ਨਹੀਂ ਕੀਤਾ ਕਿਉਂਕਿ ਰਾਤ ਨੂੰ ਨਾ ਸਾਨੂੰ ਬਹੁਤ ਜ਼ਰੂਰੀ ਕੰਮ ਆ ਗਿਆ ਸੀਗਾ ਤੇ ਆਪਾਂ ਘਰੇ ਆ ਕੇ ਵਲੌਗ ਕੰਟੀਨਿਊ ਨਹੀਂ ਕੀਤਾ ਤੇ ਹੁਣ ਸਵੇਰੇ ਸਵੇਰੇ ਕਰ ਰਹੇ ਹਾਂ ਬਸ ਉੱਠੇ ਹੀ ਹੈ ਬਰੱਸ਼ ਵਗੈਰਾ ਕੀਤਾ ਤੁਸੀਂ ਦੇਖ ਹੀ ਸਕਦੇ ਨੇ ਵਾਤ ਤੋਂ ਤੇ ਅੱਖਾਂ ਤੋਂ ਵੀ ਕਿ ਉੱਠੇ ਹੀ ਹੈ ਜੀ ਬਸ ਹਨਾ ਤੇ ਮੈਂ ਕਿਹਾ ਚਲੋ ਵਲੌਗ ਕੰਟੀਨਿਊ ਕਰੀਏ ਤੇ ਆਪਾਂ ਨਾਲ ਚਾਹ ਪੀਏ ਚਾਹ ਬਣਦੀ ਪਈ ਹੈ ਚਾਹ ਦੀ ਖੁਸ਼ਬੂ ਜਿਹੜੀ ਨਾ ਬਣ ਗਈ ਆਹ ਹਾਂ ਹਾਂ ਚਾਹ ਦੀ ਖੁਸ਼ਬੂ ਆ ਰਹੀ ਨਾ ਐਂ ਘੈਂਟ ਨਹੀਂ ਕਿਉਂਕਿ ਗੁੜ 'ਚ ਚਾਹ ਬਣਾਉਂਦੇ ਹਾਂ ਅਸੀਂ ਅਤੇ ਗੁੜ ਦੀ ਚਾਹ ਤੁਹਾਨੂੰ ਪਤਾ ਹੀ ਹੈ ਘੈਂਟ ਘੈਂਟ ਖੁਸ਼ਬੂ ਆਉਂਦੀਆਂ ਆ ਅਤੇ ਬਹੁਤ ਸਵਾਲ ਆਉਂਦੀ ਗੁੜ 'ਚ ਦੱਸਿਓ ਕਮੈਂਟ ਕਰਕੇ ਕੌਣ ਗੁੜ 'ਚ ਚਾਹ ਪੀਂਦਾ ਚਾਹ ਦੇ ਵਿੱਚ ਗੁੜ ਪਾ ਕੇ ਪੀਂਦਾ ਤੁਸੀਂ ਦੱਸਿਓ ਕਿਹੜੀ ਚਾਹ ਪੀਂਦੇ ਹੋ ਇੱਧਰ ਦੇਖੋ ਆ ਰਹੀ ਆ ਵੀ ਚਾਹ ਦੁੱਧ 'ਚ ਪੱਤੀ ਪਾਈ ਹੋਈ ਹੈ ਨਾ ਦੁੱਧ ਪੱਤੀ ਤੇ ਗੁੜ ਤੇ ਇਲਾਇਚੀ ਇੱਧਰ ਵੇਖੋ ਨਮਕੀਨ ਤੇ ਇੱਧਰ ਦੂਰੀ ਤੇ ਜਾ ਕੇ ਬਿਸਕਿਟ ਕਿਉਂ ਤੁਸੀਂ ਕੱਢ ਕੇ ਰੱਖਿਆ ਆ ਮੈਂ ਕੱਢ ਕੇ ਰੱਖਿਆ ਹੈ ਤੇ ਆ ਆਪਾਂ ਖਾਵਾਂਗੇ ਨਾਲ ਤੇ ਸੇਸੇ ਖਾਣਾ ਬਹੁਤ ਅੱਛਾ ਹੁੰਦਾ ਯਾਰ ਖਾਲੀ ਚਾਹ ਨਹੀਂ ਪੀ ਲਈ ਕਿ ਨਹੀਂ ਬੰਦ ਕਰ ਦਿੰਦੇ ਕੋਈ ਨਹੀਂ ਚਲੋ ਅੰਦਰ ਚਲੀਏ ਆਪਾਂ ਛੋਟ ਨਾ ਲਿਓ ਕੁਛ ਸਿਰ ਸਿਰ ਖਲਾਰਾ ਪੈ ਜੀ ਆ ਕਿੱਡੀ ਪਰਵਾਹ ਖਲਾਰੇ ਦੀ ਹੋਰ ਕੀ ਚੱਕਣਾ ਤਾਂ ਮੈਨੂੰ ਪੈਣਾ ਚਲੋ 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 ਇਹ ਲਓ ਬਸ ਹਾਂਜੀ ਮੇਲਾ ਪੂਰਾ ਟਿਕਾਣੇ ਦਾ ਹੈ ਚਲੋ ਜੀ ਅਸੀਂ ਹੁਣ ਚਾਹ ਪੀ ਲਈਏ ਫਿਰ ਤੁਹਾਡੇ ਕਮੈਂਟ ਦੇ ਕਰਦੇ ਰਿਪਲਾਈ
ਹਾਂਜੀ ਚਾਹ ਆਪਾਂ ਪੀ ਲਈ ਹੈ ਤੇ ਹੁਣ ਆਪਾਂ ਕਰਾਂਗੇ ਕਮੈਂਟਸ ਰੀਡ। ਅੱਜ ਜਸ ਕਰੂਗੇ ਕਮੈਂਟਸ ਰੀਡ। ਹਾਂ ਅੱਜ ਮੈਂ ਕਰੂੰਗਾ ਤੇ ਮੈਨੂੰ ਤਾਂ ਵੇਖੋ ਇਦਾਂ ਹੀ ਆ, ਮੈਂ ਤੇ ਸਿੱਧੇ ਸਿੱਧੇ ਹੀ ਕਰ ਸਕਦਾ, ਤੁਹਾਡੀ ਦੀਦੀ ਵਾਂਗੂ ਨਹੀਂ ਮੈਂ ਕਰ ਸਕਦਾ ਜਿੱਦਾਂ ਇਹ ਬੋਲਦੇ ਘੈਣ ਘੈਣ ਜਾ। ਲੈ ਤੁਸੀਂ ਕਿਹੜਾ ਘੈਂਟ ਨਹੀਂ ਬੋਲਦੇ ਹੈ, ਤੁਸੀਂ ਕਿਹੜਾ ਘੈਂਟ ਨਹੀਂ ਬੋਲਦੇ? ਮੈਂ ਫਿਰ ਪੂਰਾ ਟੱਚ ਪੇਂਡੂ ਹੈਗਾ ਮੇਰਾ, ਤੁਹਾਨੂੰ ਪਤਾ ਹੀ ਯਾਰ। ਪਹਿਲਾ ਕਮੈਂਟ ਹੈਗਾ ਜੀ ਮਨਰਾਜ ਜੂਵੀ ਕਰਕੇ, ਉਹਨਾਂ ਨੇ ਕਿਹਾ ਅਮਨਦੀਪ ਤੁਸੀਂ ਹੇਅਰ ਤੇ ਕਿਹੜਾ ਟ੍ਰੀਟਮੈਂਟ ਕਰਵਾਇਆ ਸੀ? ਮੈਂ ਕੋਈ ਟ੍ਰੀਟਮੈਂਟ ਨਹੀਂ ਕਰਵਾਇਆ ਜੀ, ਮੇਰੇ ਨੈਚੁਰਲ ਹੇਅਰਸ ਇਹ ਸ਼ੈਂਪੂਆਂ ਦਾ ਕਮਾਲ ਹੈ। ਹਾਂਜੀ। ਤੇ ਅਗਲਾ ਹੈਗਾ ਦਲਜੀਤ ਕੌਰ, ਮੈਂ ਤੁਹਾਡੇ ਡੇਲੀ ਵਲੌਗ ਦੇਖਦੀ ਹਾਂ ਬਟ ਕਮੈਂਟ ਨਹੀਂ ਕਰਦੀ, ਸੋ ਅੱਜ ਸੋਚਿਆ ਕਿ ਮੈਂ ਕਰ ਦੂੰ, ਅੱਜ ਦੇ ਵਲੌਗ 'ਚ ਨਾਮ ਜ਼ਰੂਰ ਲਿਓ ਦੀਦੀ। ਦਲਜੀਤ ਕੌਰ ਜੀ ਲੈ ਤਾਂ ਤੁਹਾਡਾ ਨਾਮ। ਇਹ ਕਹਿੰਦਾ ਹੋਰ ਕਮੈਂਟ ਆ, ਦੀਦੀ ਤੁਸੀਂ ਬਹੁਤ ਕਿਊਟ ਲੱਗਦੇ ਹੋ, ਤੁਹਾਡੀ ਸਮਾਈਲ ਬਹੁਤ ਸੋਹਣੀ ਲੱਗਦੀ ਹੈ, ਸੋ ਗੋਡ ਬਲੈਸ ਯੂ ਦੀਨ ਪਾ ਜੀ। ਥੈਂਕ ਯੂ ਜੀ। ਅਗਲਾ ਹੈਗਾ ਅੰਸ਼ੂ ਸ਼ਰਮਾ ਕਰਕੇ, ਤੁਸੀਂ ਬਹੁਤ ਗੱਲਾਂ ਬਹੁਤ ਸੋਹਣੀਆਂ ਕਰਦੇ ਆ, ਤੁਹਾਡੇ ਵਲੌਗ ਵੀ ਬਹੁਤ ਘੈਂਟ ਹੁੰਦੇ ਆ। ਥੈਂਕ ਯੂ ਜੀ। ਇਹ ਕਿੰਦਾ ਕਰਕੇ ਆ, ਦੀਦੀ ਮੇਰਾ ਨਾਮ ਵੀ ਬੋਲ ਦਿਓ, ਰਮਨ ਕਿੰਦਾ, ਤੁਹਾਨੂੰ ਮੈਂ ਇੰਸਟਾ ਤੇ ਵੀ ਮੈਸੇਜ ਕਰ ਰਹੀ ਹੁੰਦੀ ਆ। ਹਾਂਜੀ ਹਾਂਜੀ, ਮੈਨੂੰ ਰਮਨ ਯਾਦ ਆ, ਤੁਸੀਂ ਇੰਸਟਾ ਤੇ ਮੈਸੇਜ ਕਰਦੇ ਹੁੰਦੇ ਹੋ। ਨੈਕਸਟ ਹੈਗਾ ਪ੍ਰਵੀਨ ਕੌਰ, ਤੁਸੀਂ ਟੰਮੀ 'ਚ ਜਿੱਥੇ ਦਰਦ ਹੋ ਰਿਹਾ ਉੱਥੇ ਹੋਰ ਵਾਟਰ ਬੋਟਲ ਰੱਖੋ, ਤੁਹਾਨੂੰ ਕਾਫੀ ਆਰਾਮ ਮਿਲੂਗਾ। ਬੜੇ ਵਧੀਆ ਵਧੀਆ ਨੁਸਖੇ ਦੱਸੇ ਲੋਕਾਂ ਨੇ ਵੈਸੇ। ਅਗਲੇ ਜ਼ਰੂਰ ਟਰਾਈ ਕਰਨੇ ਮੈਂ। ਹਾਂਜੀ। ਇੱਕ ਹੈਗਾ ਯੂਜ਼ਰ ਕਰਕੇ ਆਈਡੀ ਹੈ, ਦੀਦੀ ਜੀ ਮੇਰਾ ਨਾਮ ਵੀ ਲੈ ਦਿਓ, ਗੁਰਪ੍ਰੀਤ ਸਪੇਨ ਮੈਂ ਰਹਿੰਦੀ ਹਾਂ। ਕੀ ਨਾਮ ਦੱਸਿਆ ਤੁਸੀਂ? ਗੁਰਪ੍ਰੀਤ ਸਪੇਨ। ਗੁਰਪ੍ਰੀਤ ਜੀ ਲੈ ਤਾਂ ਜੀ ਤੁਹਾਡਾ ਨਾਮ, ਸਪੇਨ ਤੋਂ ਆ। ਹਾਂਜੀ। ਤੇ ਇੱਕ ਹੋਰ ਕਮੈਂਟ ਹੈ ਯੂਜ਼ਰ ਕਰਕੇ ਆ, ਮੈਨੂੰ ਲੱਗਦਾ ਇਹਨਾਂ ਦਾ ਹੀ ਆ। ਸਤਿ ਸ਼੍ਰੀ ਅਕਾਲ ਦੀਰ ਭਾਜੀ, ਸਤਿ ਸ਼੍ਰੀ ਅਕਾਲ ਦੀ ਜੀ, ਭਾਜੀ ਨੂੰ ਅਜਵਾਇਣ ਤੇ ਕਾਲਾ ਸਾਲਟ ਪਾਣੀ 'ਚ ਘੋਲ ਕੇ ਦਿਓ ਵੀਰ ਨੂੰ, ਵੀਰ ਨੇ ਹੋ ਜਾਣਾ ਠੀਕ ਫਿਰ। ਚਲੋ ਜਸਤਾ ਠੀਕ ਹੋ ਗਿਆ, ਪਰ ਜੇ ਕਿਸੇ ਹੋਰ ਨੂੰ ਏਦਾਂ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਜ਼ਰੂਰ ਨੁਸਖੇ ਅਪਣਾਇਓ। ਨਹੀਂ ਮੈਨੂੰ ਅਜੇ ਹੈਗਾ ਥੋੜਾ, ਮੈਨੂੰ ਲੱਗਦਾ ਮੈਂ ਅਪਣਾਉਣਾ ਪੈਣਾ ਮੈਨੂੰ। ਲੈ ਫਿਰ ਦਈਏ ਜਵੈਣ ਵਾਲਾ ਪਾਣੀ ਤੁਹਾਨੂੰ, ਅੱਜ ਪੀਨੇ ਜਵੈਣ ਵਾਲਾ ਪਾਣੀ। ਠੀਕ ਹੈ। ਅਗਲਾ ਹੈਗਾ ਜੀ ਜੈ ਮਾਤਾ ਦੀ ਹੈ, ਜੈ ਮਾਤਾ ਜੀ ਨੇ ਆਈ ਦੀ ਹੈ, ਦੀਦੀ ਤੁਸੀਂ ਦੱਸ ਦੇ ਕਿਉਂ ਨਹੀਂ ਤੁਹਾਡਾ ਆਪਣਾ ਹਾਊਸ ਹੈ ਕਿ ਰੈਂਟ ਤੇ ਹੋ? ਸਾਡਾ ਜੀ ਰੈਂਟ ਤੇ ਹੈ ਘਰ, ਅਸੀਂ ਵੈਸੇ ਜਿਹੜਾ ਹੋਮ ਟੂਰ ਪਾਇਆ ਸੀਗਾ ਉਹਦੇ ਵਿੱਚ ਕਲੀਅਰ ਕਰਤਾ ਹੋਇਆ ਸੀਗਾ, ਪਰ ਫਿਰ ਵੀ ਹਾਂ, ਪਰ ਫਿਰ ਵੀ ਆਪਾਂ ਫਿਰ ਦੱਸ ਦਿੰਨੇ ਆ ਕਿ ਸਾਡਾ ਘਰ ਰੈਂਟ ਤੇ ਆ। ਅਗਲਾ ਕਮੈਂਟ ਹੈਗਾ ਸੰਦੀਪ ਕਰਕੇ, ਦੀਦੀ ਪਲੀਜ਼ ਨੈਕਸਟ ਵਲੌਗ ਵਿੱਚ ਜ਼ਰੂਰ ਦੱਸਿਓ ਚੰਡੀਗੜ੍ਹ ਵਿੱਚ ਤੁਹਾਡੇ ਵਰਗਾ ਘਰ ਰਹਿਣਾ ਹੋਵੇ ਤਾਂ ਕਿੰਨਾ ਰੈਂਟ ਵਾ? 12-13 ਹਜ਼ਾਰ ਤੋਂ ਸਟਾਰਟਿੰਗ ਹੋ ਜਾਂਦਾ। 12 ਤੋਂ ਵੈਸੇ ਸਟਾਰਟਿੰਗ ਹੀ ਆ ਮੈਨੂੰ ਲੱਗਦਾ ਨਾ ਹੁਣ ਅੱਜ ਕੱਲ੍ਹ, ਤੇ 15-18 ਫਿਰ ਤਾਂ ਅੱਗੇ ਜਿੰਨਾ ਮਰਜ਼ੀ ਵਧਾਈ ਜਾਓ, ਅਗਲੇ ਜਿੰਨਾ ਮਰਜ਼ੀ ਵਧਾਈ ਜਾਓ। ਅਗਲਾ ਹੈਗਾ ਕਮੈਂਟ ਜੀ ਯੂਜ਼ਰ ਕਰਕੇ ਹੈ, ਵੀਰੇ ਤੁਸੀਂ ਜਲਦੀ ਠੀਕ ਹੋ ਜਾਓ, ਤੁਸੀਂ ਖੁਸ਼ ਹੀ ਚੰਗੇ ਲੱਗਦੇ ਹੋ, ਖੁਸ਼ ਹੀ ਸੋਹਣੇ ਲੱਗਦੇ ਹੋ। ਵਾਹ ਜੀ ਵਾਹ, ਦੇਖਿਆ ਮੈਂ ਦੇਖੋ ਪੜਿਆ ਨਹੀਂ, ਮੈਂ ਫਿਰ ਵੀ ਅੱਗੇ ਕੰਪਲੀਟ ਕਰਤਾ ਸੈਂਟੈਂਸ। ਅਗਲਾ ਹੈਗਾ ਯੂ ਆਰ ਸੋ ਕਿਊਟ, ਖੁਸ਼ਪ੍ਰੀਤ ਸਿੰਘ ਕਰਕੇ ਇਹਨਾਂ ਦਾ, ਯੂ ਆਰ ਸੋ ਕਿਊਟ ਦੀ ਯਾਰ ਭਾਜੀ, ਯਾਰ ਭਾਜੀ ਨੂੰ ਬਹੁਤ ਬਹੁਤ ਬਲੈਸਿੰਗ ਆ ਤੇ ਉਹਨਾਂ ਨੂੰ ਜਲਦੀ ਜਲਦੀ ਠੀਕ ਹੋ ਜਾਣਾ ਆ। ਵਾਹਿਗੁਰੂ ਜੀ ਆਲਵੇਜ਼ ਬਲੈਸ ਯੂ, ਯੂ ਆਰ ਸੋ ਸਵੀਟ, ਯੂਰ ਵਲੌਗ ਆਰ ਸੋ ਇੰਟਰਸਟਿੰਗ। ਥੈਂਕ ਯੂ ਜੀ, ਬਹੁਤ ਸੋਹਣੇ ਵੱਡੇ ਵੱਡੇ ਕਮੈਂਟ ਕਰ ਰਹੇ ਹੋ। ਹਾਂਜੀ। ਮਨਪ੍ਰੀਤ ਕੌਰ, ਦੀਦੀ ਤੁਸੀਂ ਮੇਰਾ ਨਾਮ ਨਹੀਂ ਲੈਂਦੇ, ਮਨਪ੍ਰੀਤ ਕੌਰ ਫਰੋਮ ਗੁਰਦਾਸਪੁਰ। ਮਨਪ੍ਰੀਤ ਜੀ ਲੈ ਤਾਂ ਤੁਹਾਡਾ ਨਾਮ। ਅਗਲਾ ਹੈਗਾ ਜਸਵੀਰ ਕੌਰ, ਹੈਲੋ ਦੀ, ਆਈ ਐਮ ਸਿਮਰਨ ਕੌਰ, ਮੈਂ ਤੁਹਾਡੇ ਬਹੁਤ ਵੱਡੀ ਫੈਨ ਹਾਂ, ਮੈਂ ਤੁਹਾਡਾ ਹਰ ਵਲੌਗ ਦੇਖਦੀ ਹਾਂ, ਮੈਨੂੰ ਤੁਸੀਂ ਦੋਨੋਂ ਚੰਗੇ ਲੱਗਦੇ ਹੋ, ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ, ਗੋਡ ਬਲੈਸ ਯੂ ਬੋਥ ਆਫ ਯੂ। ਥੈਂਕ ਯੂ ਜੀ। ਇੱਕ ਹੈਗਾ ਜੋਤਿਨ, ਦੀਦੂ ਮੈਂ ਤੁਹਾਨੂੰ, ਦੀਦੀ ਮੈਂ ਆਪਣੇ ਮੋਮ ਦੇ ਫੋਨ ਤੋਂ ਕਰ ਰਹੀ ਹਾਂ ਕਮੈਂਟ, ਮੇਰੇ ਫੋਨ ਦਾ ਰੀਚਾਰਜ ਨਹੀਂ, ਇਸ ਲਈ ਉਹਨਾਂ ਦੇ ਫੋਨ ਤੋਂ ਦੇਖਿਆ ਤੁਹਾਡਾ ਵਲੌਗ, ਅੱਲਾ ਬਲੈਸ ਯੂ। ਲੈ ਤੁਸੀਂ ਸਾਨੂੰ ਇੰਨਾ ਪਸੰਦ ਕਰਦੇ ਹੋ, ਸਪੈਸ਼ਲੀ ਮਮਾ ਦੇ ਫੋਨ ਤੋਂ ਦੇਖਿਆ, ਰੀਚਾਰਜ ਖਤਮ ਹੋਇਆ ਹੈਗਾ। ਥੈਂਕ ਯੂ ਜੀ। ਅਗਲਾ ਹੈਗਾ ਸ਼੍ਰਿਤੀ ਸ਼ਰਮਾ, ਸ਼੍ਰਿਤੀ ਸ਼ਰਮਾ ਨਾ, ਸ੍ਰਿਸ਼ਟੀ ਸ਼ਰਮਾ। ਹਾਏ ਦੀਦੀ ਜੀ, ਆਈ ਰੀਲੀ ਲਾਈਕ ਟੂ ਵਲੌਗ ਵਾਚ ਯੂ ਵਲੌਗਸ, ਕੈਨ ਯੂ ਪਲੀਜ਼ ਸੇ ਮਾਈ ਨੇਮ ਸ੍ਰਿਸ਼ਟੀ ਪਲੀਜ਼। ਹਾਏ ਸ੍ਰਿਸ਼ਟੀ। ਅਗਲਾ ਹੈਗਾ ਆ ਮਲਕੀਤ ਮਠਾਰੂ, ਮੇਰਾ ਨਾਮ ਸੁਮਨ। ਸੁਮਨ ਜੀ ਇਹਨਾਂ ਦਾ ਇੱਕ ਹੋਰ ਕੰਮ, ਇਹਨਾਂ ਦਾ ਇੱਕ ਹੋਰ ਆ, ਅਸੀਂ ਤਾਂ ਵਲੌਗ ਸ਼ੁਰੂ ਹੁੰਦੇ ਹੀ ਲਾਈਕ ਕਰ ਦਿੰਦੇ ਹਾਂ, ਸਾਨੂੰ
ਸਾਨੂੰ ਪ੍ਰੋਟੈਕਟ ਤੁਹਾਡੇ ਵਲੌਗ ਬਹੁਤ ਸੋਹਣੇ ਹੁੰਦੇ ਆ। ਥੈਂਕ ਯੂ ਸੋ ਮਚ। ਸਮਝ ਨਹੀਂ ਲੱਗੀ ਤੇ ਕੀ ਲਿਖਿਆ ਇੱਥੇ, ਪਟਾਕ ਲਿਖਿਆ ਹੁਣ ਪਤਾ ਨਹੀਂ ਕੀ ਲਿਖਿਆ, ਪਰ ਸਾਨੂੰ ਪਤਾ ਕੀ ਏਦਾਂ ਲਿਖਿਆ ਹੋਣਾ ਕੁਛ, ਪਤਾ ਨਹੀਂ ਇਹਨਾਂ ਨੇ, ਸਾਨੂੰ ਪਤਾ ਕਿ ਤੁਹਾਡੇ ਵਲੌਗ ਸੋਹਣੇ ਹੁੰਦੇ ਆ, ਏਦਾਂ ਕੁਛ ਲਿਖਿਆ ਹੋਣਾ, ਏਦਾਂ ਕੁਛ ਲਿਖਿਆ ਨਾ। ਬਾਕੀ ਥੈਂਕ ਯੂ ਜੀ, ਦਿਲੋਂ ਧੰਨਵਾਦ। ਅਗਲਾ ਹੈਗਾ ਸੋਨਾ ਹੀਰ। ਹੈਲੋ ਦੀ, ਮੇਰਾ ਨਾਮ ਵੀ ਲੈ ਲਓ, ਮੈਂ ਤੁਹਾਡੇ ਸਾਰੇ ਵਲੌਗ ਦੇਖਦੀ ਹਾਂ। ਮਾਈ ਨੇਮ ਇਜ਼ ਸੋਨਾ ਹੀਰ। ਸੋਨਾ ਹੀਰ ਜੀ, ਤੁਹਾਡਾ ਵੀ ਨਾਮ ਲੈ ਤਾ ਆਪਾਂ। ਸੋਨਾ ਹੀਰ ਨਾਮ ਬਹੁਤ ਸੋਹਣਾ ਹੈ, ਹਾਂ ਡਿਫਰੈਂਟ ਜਿਹਾ। ਸੋ ਇਹ ਸੀ ਅੱਜ ਦੇ ਕਮੈਂਟ, ਅਤੇ ਬਹੁਤ ਸੋਹਣੇ ਸੋਹਣੇ ਕਮੈਂਟ ਸੀਗੇ, ਅਤੇ ਹੋਰ ਵੀ ਸੋਹਣੇ ਸੋਹਣੇ ਕਰਿਆ ਕਰੋ, ਦੱਸਿਆ ਕਰੋ, ਹੈ ਨਾ, ਤਾਂ ਅਸੀਂ ਵਲੌਗ ਕਿੱਦਾਂ ਦੇ ਹੋਰ ਪਸੰਦ ਕਰਦੇ ਹੋ, ਉੱਦਾਂ ਦੇ ਵਲੌਗ ਲੈ ਕੇ ਆਇਆ ਕਰਾਂਗੇ। ਬਿਲਕੁਲ ਜੀ, ਅਤੇ ਹਰ ਵਲੌਗ ਦੇ ਲਾਸਟ 'ਚ ਆਪਾਂ ਰਿਪਲਾਈ ਕਰਿਆ ਹੀ ਕਰਾਂਗੇ। ਔਰ ਅੱਜ ਦਾ ਇਹ ਜਿਹੜਾ ਵਲੌਗ ਹੈ ਆਪਾਂ ਇੱਥੇ ਸਮਾਪਤ ਕਰਦੇ ਹਾਂ। ਨਵੇਂ ਵਲੌਗ ਦੇ ਨਾਲ ਤੁਹਾਨੂੰ ਫੇਰ ਮਿਲਾਂਗੇ। ਹਾਂਜੀ, ਤੁਹਾਨੂੰ ਫੇਰ ਨਵੇਂ ਵਲੌਗ ਦੇ ਨਾਲ ਮਿਲਾਂਗੇ। ਉਦੋਂ ਤੱਕ ਲਈ ਬਾਏ ਬਾਏ ਐਂਡ ਟੇਕ ਕੇਅਰ।